ਸਿਗਾ ਜੀ, ਸਵਾਗਤ ਹੈ ਤੁਹਾਡਾ ਅੱਜ ਸਾਡੇ YouTube ਚੈਨਲ ਤੇ। ਅੱਜ ਸਾਡੀ ਵੀਡੀਓ ਦਾ ਟੌਪਿਕ ਹੈ ਗੁੱਡ ਲੋਨ ਤੇ ਬੈਡ ਲੋਨ, ਅਤੇ ਕਿਹੜਾ ਲੋਨ ਲੈਣਾ ਤੁਹਾਡੇ ਲਈ ਲਾਭਦਾਇਕ ਹੈ ਤੇ ਕਿਹੜਾ ਲੋਨ ਲੈਣਾ ਤੁਹਾਡੇ ਲਈ ਹਾਨੀਕਾਰਕ ਹੈ। ਇੱਕ ਲੋਨ ਲੈਂਦੇ ਆਪਾਂ ਇੱਛਾ ਦੀ ਪੂਰਤੀ ਵਾਸਤੇ, ਜਿਵੇਂ ਆਪਣੇ ਫਰੈਂਡ ਕੋਲ ਦੇਖਿਆ ਆਈਫੋਨ ਜਾਂ ਕਿਸੇ ਰਿਸ਼ਤੇਦਾਰ ਕੋਲ ਦੇਖਿਆ ਆਈਫੋਨ ਤੇ ਤੁਹਾਨੂੰ ਵੀ ਲੱਗਿਆ ਵੀ ਆਈਫੋਨ ਲਈ, ਆਈਫੋਨ ਤੋਂ ਬਿਨਾਂ ਤਾਂ ਵੀ ਬੰਦਾ ਛੋਟਾ ਹੈ, ਤੇ ਤੁਸੀਂ ਗਏ ਆਪਣੇ ਸਟੋਰ ਦੇ ਵਿੱਚ, ਕਿਸ਼ਤਾਂ ਤੇ ਲੱਖ ਡੇਢ ਲੱਖ ਦਾ ਫੋਨ ਲਿਆ ਹੈ ਤੇ ਕਿਸ਼ਤ ਤੋਂ ਬਣ ਗਈ ਕਿਸ਼ਤ ਤੁਹਾਡੀ ਇਨਕਮ ਦੇ ਵਿੱਚੋਂ ਮਾਈਨਸ ਹੋ ਰਹੀ ਹੈ, ਤੇ ਹੋਰ ਜਿੱਦਾਂ ਤੁਸੀਂ ਆਪਣੇ ਫਰੈਂਡ ਦੇ ਕੋਲ ਜਾਂ ਰਿਸ਼ਤੇਦਾਰ ਦੇ ਕੋਲ ਗੱਡੀ ਦੇਖੀ, ਤੁਹਾਡੇ ਕੋਲ ਛੋਟੀ ਗੱਡੀ ਹੈ, ਉਹਨਾਂ ਨਵੀਂ ਗੱਡੀ ਕਢਾਈ ਹੈ, ਤੇ ਤੁਸੀਂ ਵੀ ਜਾਂਦੇ ਆਪਣਾ ਸ਼ੋਰੂਮ ਦੇ ਵਿੱਚ ਵੱਡੀ ਗੱਡੀ ਕਢਾਉਂਦੇ, ਕਿਸ਼ਤਾਂ ਤੇ ਕਰਵਾ ਲੈਂਦੇ, ਉਹਦੀ ਕਿਸ਼ਤ ਵੀ ਐਡ ਹੁੰਦੀ ਹੈ, ਤੇ ਇੱਦਾਂ ਹੌਲੀ ਹੌਲੀ ਜਿਹੜੇ ਇਹ ਇੱਛਾ ਪੂਰਤੀ ਕਰਨ ਵਾਸਤੇ ਆਪਾਂ ਲੋਨ ਕਰਾਉਂਦੇ, ਇੱਦਾਂ ਦਾ EMI ਦਾ ਜਾਲ ਬਣ ਜਾਂਦਾ, ਉਹਦੇ ਵਿੱਚ ਬੰਦਾ ਫਸ ਕੇ ਰਹਿ ਜਾਂਦਾ। ਤੇ ਦੂਜਾ ਲੋਨ ਲੈਂਦੇ ਆਪਾਂ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ, ਜਿਵੇਂ ਬੰਦਾ ਕਿਰਾਏ ਦੇ ਮਕਾਨ 'ਤੇ ਰਹਿ ਰਿਹਾ ਅਤੇ ਉਹ ਸੋਚਦਾ ਵੀ ਮੈਂ ਘਰ ਪਾ ਲਵਾਂ, ਪਰ ਉਹਦੇ ਕੋਲ ਇਨਕਮ ਨਹੀਂ ਹੈਗੀ ਇੰਨੀ ਜਾਂ ਸੇਵਿੰਗ ਨਹੀਂ ਹੈਗੀ ਇੰਨੀ, ਅਤੇ ਉਹ ਬੈਂਕ ਤੋਂ ਲੋਨ ਕਰਾਉਂਦਾ, ਆਪਣਾ ਘਰ ਪਾਉਂਦਾ ਅਤੇ ਉੱਧਰ ਉੱਧਰ ਕਿਰਾਇਆ ਵੱਧਦਾ ਅਤੇ ਕਿਰਾਏ ਦੀ ਉਹ ਆਪਣੀ ਕਿਸ਼ਤ ਕੱਢੀ ਜਾਂਦਾ। ਅਤੇ ਦੂਜਾ ਕਈ ਵਾਰੀ ਸਟੱਡੀ ਲੋਨ, ਅੱਜ ਕੱਲ੍ਹ ਪੜ੍ਹਾਈਆਂ ਬਹੁਤ ਮਹਿੰਗੀਆਂ ਹੋ ਗਈਆਂ, ਬੱਚੇ ਪੜ੍ਹਾਉਣੇ ਆ ਅਤੇ ਉਹਨਾਂ ਦੇ ਭਵਿੱਖ ਦੀ ਗੱਲ ਹੈ, ਅਤੇ ਉਹ ਸਟੱਡੀ ਲੋਨ ਲੈਣਾ ਕਿਤੇ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਬੱਚਿਆਂ ਦੇ ਭਵਿੱਖ ਦੀ ਗੱਲ ਹੈ, ਅਤੇ ਇਹ ਜ਼ਰੂਰਤਾਂ ਹੈ ਜਿਹੜੇ ਮਤਲਬ ਕਿ ਬੰਦਾ ਲੈ ਸਕਦਾ ਲੋਨ, ਇਹਨਾਂ ਵਾਸਤੇ ਲੋੜ ਪੈ ਜਾਂਦੀ ਹੈ। ਅਤੇ ਜ਼ਰੂਰਤ ਕਈ ਵਾਰੀ ਇਹੋ ਜਿਹੀ ਬੰਦਾ ਕਰ ਦਿੰਦਾ, ਜਿਵੇਂ ਵਿਆਹ ਵਾਸਤੇ ਆਪਾਂ ਲੋਨ ਲੈਂਦੇ, ਜ਼ਰੂਰਤ ਹੁੰਦੀ ਹੈ, ਪਰ ਕਈ ਵਾਰੀ ਬੰਦੇ ਕਹਿੰਦੇ ਵੀ 5 ਲੱਖ ਸਾਡੇ ਕੋਲ ਹੈਗਾ ਹੈ, ਵੀ ਕਿਸੇ ਵਧੀਆ ਜਿਹੇ ਹੋਟਲ ਜੇ ਆਪਾਂ ਵਿਆਹ ਕਰਾਈਏ, ਕਿਸੇ ਬੱਚੇ ਦਾ ਵਿਆਹ, ਆਪਣੇ ਬੱਚੇ ਦਾ ਵਿਆਹ ਕਰੀਏ, ਉਹ ਵਧੀਆ ਹੋਟਲ ਬੁੱਕ ਕਰਨ ਵਾਸਤੇ ਲੋਨ ਹੋਰ ਲੈ ਲਈਏ, ਫਿਰ ਉਹ ਇੱਛਾ ਦੀ ਪੂਰਤੀ ਵਾਸਤੇ ਲੋਨ ਆ ਗਿਆ, ਮਤਲਬ ਜੋ ਆਪਣੀ ਤੁਸੀਂ ਆਪਣੀ ਪੈਰ ਮਤਲਬ ਕਿ ਚਾਦਰ ਤੋਂ ਬਾਹਰ ਪੈਰ ਪਸਾਰਨ ਜਿਹੜੀ ਗੱਲ ਹੋ ਗਈ ਹੈ। ਅਤੇ ਇੱਕ ਲੋਨ ਲੈਂਦੇ ਆਪਾਂ ਜਿਹੜਾ ਕਿ ਬਹੁਤ ਵਧੀਆ ਰਹਿੰਦੇ ਬਿਜ਼ਨਸ, ਆਪਣੀ ਇਨਕਮ ਵਧਾਉਣ ਵਾਸਤੇ, ਮੰਨ ਲਓ ਅੱਜ ਤੁਹਾਡੀ ਇਨਕਮ 20,000 ਰੁਪਇਆ, ਤੁਸੀਂ ਆਪਣੀ ਇਨਕਮ ਨੂੰ ਦੁੱਗਣਾ ਕਰਨਾ ਚਾਹੁੰਦੇ ਹੋ, ਤਿੱਗਣਾ ਕਰਨਾ ਚਾਹੁੰਦੇ ਹੋ, ਉਹ ਤੁਸੀਂ ਕਿੱਦਾਂ ਕਰ ਸਕਦੇ ਆਪਣੇ ਬਿਜ਼ਨਸ ਨੂੰ ਵਧਾਉਣ ਵਾਸਤੇ, ਵਧਾਉਣ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਹੈ, ਤੁਸੀਂ ਬੈਂਕ ਤੋਂ ਲੋਨ ਲਓ ਉਹਨੂੰ ਵਧਾਓ, ਜਿਵੇਂ ਤੁਹਾਡੇ ਕੋਲ ਅੱਜ ਕੱਲ੍ਹ ਵੀ 3-4 ਡੰਗਰ ਹੈ, ਤੁਸੀਂ ਮੱਝਾਂ ਰੱਖੀਆਂ ਵੀ ਘਰੇ, ਅਤੇ ਉਹਦੀ ਜਿਹੜੇ ਖਪਤ ਹੈ ਤੁਹਾਡੇ ਘਰੇ ਹੋ ਰਹੀ ਹੈ, ਅਤੇ ਤੁਸੀਂ ਸਿਰਫ ਆਂਢ ਗੁਆਂਢ ਦੇ ਵਿੱਚ ਦੁੱਧ ਮਤਲਬ ਕਿ 4-5 ਕਿਲੋ ਪਾ ਰਹੇ ਹੋ, ਉਹ 'ਚ ਇਨਕਮ ਤੁਹਾਡੀ ਕੁਛ ਖਾਸ ਨਹੀਂ ਹੋ ਰਹੀ, ਅਤੇ ਤੁਹਾਡੇ ਮਾਇੰਡ 'ਚ ਹੈ ਵੀ ਅਸੀਂ ਇਹਦੀ ਹੋਰ ਇਨਕਮ ਵਧਾ ਸਕਦੇ, ਤੁਹਾਡੇ ਆਸੇ ਪਾਸੇ ਸ਼ਹਿਰ ਪੈਂਦਾ ਹੈ, ਤੁਸੀਂ ਉੱਥੇ ਦੁੱਧ ਦੀ ਸਪਲਾਈ ਕਰ ਸਕਦੇ, ਬੈਂਕ ਤੋਂ ਲੋਨ ਲਓ, ਆਪਣੀ ਡੇਅਰੀ ਫਾਰਮ ਨੂੰ ਡਿਵੈਲਪ ਕਰੋ, ਅਤੇ ਉੱਥੇ ਤੋਂ ਮੱਝਾਂ ਹੋਰ ਪਾ ਲਓ ਜਾਂ ਸ਼ੈੱਡ ਸ਼ੁੱਡ ਪਾ ਕੇ ਵਧੀਆ ਡਿਵੈਲਪਮੈਂਟ ਕਰੋ, ਜਾਂ ਡੇਅਰੀ ਫਾਰਮ ਹੈ ਤੁਹਾਡੇ ਕੋਲ, ਸਪਲਾਈ ਕਰਨ ਵਾਸਤੇ ਤੁਹਾਨੂੰ ਵਹੀਕਲ ਚਾਹੀਦਾ, ਉਹ ਵਹੀਕਲ ਲੋਨ ਕਰਵਾ ਲਓ, ਇਹੋ ਜਿਹੇ ਜਿਹੜੇ ਲੋਨ ਆ ਤੁਹਾਡੇ ਮਤਲਬ ਬੈਨੀਫਿਟ ਦੇ ਸਕਦੇ ਆ। ਅਤੇ ਮੰਨ ਲਓ ਤੁਹਾਡੀ ਕਰਿਆਨੇ ਦੀ ਦੁਕਾਨ ਹੈ ਛੋਟੀ, ਉਹ ਫਿਲਹਾਲ ਅਜੇ ਪੁਰਾਣੇ ਮਾਡਲ ਦੀ ਹੈ, ਤੁਸੀਂ ਨਵੇਂ ਮਾਡਲ ਜਿਵੇਂ ਅੱਜ ਕੱਲ੍ਹ ਮੋਲ ਚੱਲਦੇ, ਕਸਟਮਰ ਉੱਥੇ ਤੋਂ ਜਾਂਦੇ ਆਪਣਾ ਸਮਾਨ ਆਪ ਪਿੱਕ ਕਰਦੇ ਅਤੇ ਬਿਲਿੰਗ ਕਰਾ ਕੇ ਬਾਹਰ ਆਉਂਦੇ, ਕੁਛ ਇੱਦਾਂ ਤਾਂ ਵਧੀਆ ਆਪਣੇ ਕਰਿਆਨਾ ਸਟੋਰ ਨੂੰ ਮਤਲਬ ਕਿ ਮੋਲ ਦੇ ਵਿੱਚ ਤਬਦੀਲ ਕਰਨਾ ਜਾਂਦੇ ਆ, ਉਹ ਤੁਸੀਂ ਲੋਨ ਚੱਕ ਕੇ ਆਪਣੇ ਬਿਜ਼ਨਸ ਇਸ ਤਰ੍ਹਾਂ ਇਨਵੈਸਟਮੈਂਟ ਕਰਕੇ ਆਪਣੀ ਇਨਕਮ ਵਧਾ ਸਕਦੇ ਆ। ਅਤੇ ਆਪਾਂ ਡਿਸਕਸ ਕਰੇ ਅੱਜ 3 ਲੋਨ, ਵੀ ਕਿਹੜਾ ਲੋਨ ਸਾਡੇ ਲਈ ਲੈਣਾ ਲਾਭਦਾਇਕ ਹੈ, ਕਿਹੜਾ ਲੋਨ ਲੈਣਾ ਹਾਨੀਕਾਰਕ ਹੈ, ਜਿਹੜਾ ਇੱਛਾ ਦੀ ਪੂਰਤੀ ਵਾਸਤੇ ਲੋਨ ਲੈਂਦੇ ਆਪਾਂ ਉਹ ਸਾਡੇ ਲਈ ਹਾਨੀਕਾਰਕ ਹੈ, ਜ਼ਰੂਰਤਾਂ ਵਾਸਤੇ ਸਾਨੂੰ ਲੋਨ ਲੈਣਾ ਪੈਂਦਾ ਹੈ ਕਿਉਂਕਿ ਕਈ ਵਾਰੀ ਜ਼ਰੂਰਤਾਂ ਇਹੋ ਜਿਹੀਆਂ ਹੁੰਦੀਆਂ ਵੀ ਸਾਨੂੰ ਲੋਨ ਲਏ ਬਿਨਾਂ ਸਰਦਾ ਨਹੀਂ ਹੈ ਕਿਉਂਕਿ ਸਾਡੇ ਕੋਲ ਸੇਵਿੰਗ ਵੀ ਅੱਜ ਕੱਲ੍ਹ ਬਹੁਤ ਘੱਟ ਹੁੰਦੀ ਹੈ। ਅਤੇ ਜਿਹੜਾ ਬਿਜ਼ਨਸ ਆਪਣਾ ਲਾਸਟ ਦੇ ਵਿੱਚ ਹੈਗਾ ਆਪਣਾ ਇਨਕਮ ਵਧਾਉਣ ਵਾਸਤੇ, ਉਹ ਲੋਨ ਬਹੁਤ ਬੈਨੀਫਿਟ ਹੈ, ਜਿਹੜਾ ਵੀ ਕੋਈ ਆਪਣਾ ਯਾਰ ਦੋਸਤ ਆਪਣਾ ਯੂਟਿਊਬ ਚੈਨਲ ਦੇਖਦਾ ਫਰੈਂਡ, ਉਹ ਬਿਜ਼ਨਸ ਕਰਦਾ ਛੋਟਾ, ਜੇ ਆਪਣੇ ਬਿਜ਼ਨਸ ਵਧਾਉਣ ਵਾਸਤੇ ਲੋਨ ਲੈਣਾ ਉਹਨੂੰ ਜ਼ਰੂਰ ਲੈਣਾ ਚਾਹੀਦਾ ਕਿਉਂਕਿ ਇਹ ਲੋਨ ਬਹੁਤ ਬੈਨੀਫਿਟ ਹੈ। ਅਤੇ ਇਹੋ ਜਿਹੀ ਵੀਡੀਓ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ, ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਧੰਨਵਾਦ।